ਲੱਭਦਾ ਹੁੰਦਾ ਸੀ ਜੀਨੂੰ ਗੀਤਾਂ ਦੇ ਅਰੋਲਿਆਂ ਚੋਂ ਆ ਸੜਕਾਂ ਤੇ ਬੈਠਾ ਕਰੇ ਪਾਠ ਜੀ ਇਹ ਵੀ ਓਵੇਂ ਸੁੱਤਾ ਏ ਸਰਾਣਾ ਲਾ ਕੇ ਟੱਦਾ ਓਏ ਮਾਛੀ ਵਾੜੇ ਸੁੱਤਾ ਜਿਵੇਂ ਬਾਪ ਸੀ ਧੁੰਦਾ ਛਾਂਟ ਪੋ ਦੀਆਂ ਧੁੰਦਾ ਛਾਂਟ ਪੋ ਦੀਆਂ ਚੜਿਆ ਸੂਰਜ ਬੰਨ ਟੁੱਟ ਗਿਆ ਨੈਣਾ ਦੇ ਸੈਲਾਬ ਦਾ ਆ ਧਰਨੇ ਚੋਂ ਲੱਭ ਗਏ ਗੁਆਚੇ ਹੋਏ ਪੁੱਤ ਅੱਜ ਤਾਂ ਹੀ ਮੁੱਖ ਖਿੜਿਆ ਪੰਜਾਬ ਦਾ ਮੋਰਚੇ ਚੋਂ ਲੱਭ ਗਏ ਗੁਆਚੇ ਹੋਏ ਪੁੱਤ ਅੱਜ ਤਾਂ ਹੀ ਮੁੱਖ ਖਿੜਿਆ ਪੰਜਾਬ ਦਾ ਓਏ ਇੱਥੇ ਨੇ ਭਗਤ ਸਿੰਘ ਊਧਮ ਸਰਾਬੇ ਇੱਥੇ ਨੇ ਭਗਤ ਸਿੰਘ ਊਧਮ ਸਰਾਬੇ ਨਾਲੇ ਬਾਪੂ ਨੇ ਬਘੇਲ ਸਿੰਘ ਨਾਲ ਦੇ ਓਏ ਕਾਲਿਆਂ ਕਾਨੂੰਨਾਂ ਮੂਹਰੇ ਅੜੀ ਐ ਜਵਾਨੀ ਸੀਗੇ ਚਿੱਟੇ ਦੀਆਂ ਪੁੜੀਆਂ ਚੋਂ ਪਾਲ ਦੇ ਓ ਮਾਟੀ ਚੀਮੇ ਖਤਰਾ ਏ ਅੱਜ ਵੀ ਹਕੂਮਤਾਂ ਨੂੰ ਖੇਤਾਂ ਵਿੱਚ ਵੱਜਦੀ ਰਬਾਬ ਦਾ ਧਰਨੇ ਚੋਂ ਲੱਭ ਗਏ ਗੁਆਚੇ ਹੋਏ ਪੁੱਤ ਅੱਜ ਤਾਂ ਹੀ ਮੁੱਖ ਖਿੜਿਆ ਪੰਜਾਬ ਦਾ ਓਏ ਮੋਰਚੇ ਚੋਂ ਲੱਭ ਗਏ ਗੁਆਚੇ ਹੋਏ ਪੁੱਤ ਅੱਜ ਤਾਂ ਹੀ ਮੁੱਖ ਖਿੜਿਆ ਪੰਜਾਬ ਦਾ ਸ੍ਰੀ ਅਕਾਲ ਮੇਰੇ ਸਤਿਕਾਰਯੋਗ ਬਜ਼ੁਰਗੋ ਮੇਰੀਆਂ ਮਾਵਾਂ ਸਾਡੀਆਂ ਭੈਣਾਂ ਔਰ ਛੋਟੇ ਛੋਟੇ ਬੱਚੇ ਕਿਉਂਕਿ ਇਸ ਮੋਰਚੇ ਦਾ ਹਰ ਕੋਈ ਹਿੱਸਾ ਬਣਿਆ ਔਰ ਮੇਰਾ ਖਿਆਲ ਜਿਹੜਾ ਹਾਲੇ ਤੱਕ ਨਹੀਂ ਵੀ ਪਹੁੰਚ ਸਕਿਆ ਉਹ ਦੁਨੀਆਂ 'ਚ ਕਿਤੇ ਵੀ ਬੈਠਾ ਜਿਹੜਾ ਕਿਸਾਨੀ ਨੂੰ ਪਿਆਰ ਕਰਦਾ ਔਰ ਉਹਦਾ ਦਿਲ ਜ਼ਰੂਰ ਲੂਰੀਆਂ ਭਰਦਾ ਇੱਥੇ ਪਹੁੰਚਣ ਲਈ ਉਹ ਦਿਲੋਂ ਉਹ ਰੂਹ ਦੇ ਨਾਲ ਇਸ ਮੋਰਚੇ ਦੇ ਵਿੱਚ ਸ਼ਾਮਲ ਹੈ ਕਿਉਂਕਿ ਬਾਬੇ ਨਾਨਕ ਦੀ ਮਿਹਰ ਬੜੀ ਹੋਈ ਹੈ ਇੰਨੇ ਲੋਕਾਂ ਦਾ ਇਕੱਠੇ ਹੋਣਾ ਔਰ ਭੇਦਭਾਵ ਦੂਰ ਹੋਣੇ ਜਿਹੜੀਆਂ ਛੋਟੀਆਂ ਮੋਟੀਆਂ ਪਿੰਡਾਂ ਦੇ ਵਿੱਚ ਪਹਿਲਾਂ ਪਾਰਟੀਆਂ ਹੁੰਦੀਆਂ ਆਪਣੀਆਂ ਛੋਟਾ ਮੋਟਾ ਹਰੇਕ ਆਪਣੀ ਸਭਾ ਦਾ ਪ੍ਰਧਾਨ ਬਣਿਆ ਹੁੰਦਾ ਆਪਣੇ ਮਹੱਲੇ ਦਾ ਪ੍ਰਧਾਨ ਹੁੰਦਾ ਸੋ ਉਹ ਚੀਜ਼ਾਂ ਉੱਥੋਂ ਸ਼ੁਰੂ ਹੋਈਆਂ ਛੱਡ ਕੇ ਫਿਰ ਸ਼ਹਿਰਾਂ ਤੋਂ ਬਾਹਰ ਨਿਕਲੀਆਂ ਫਿਰ ਸਟੇਟਾਂ ਤੋਂ ਬਾਹਰ ਨਿਕਲੀਆਂ ਤੋ ਹੁਣ ਸਾਰਿਆਂ ਨੇ ਐਸੀ ਜੱਫੀ ਇਸ ਮੋਰਚੇ ਨੇ ਪਵਾਈ ਆ ਸੋ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਮਾਲਕ ਦੀ ਮਿਹਰ ਤੋਂ ਬਿਨਾਂ ਇਹੋ ਜਿਹਾ ਕੁਛ ਹੋਣਾ ਪੋਸੀਬਲ ਨਹੀਂ ਔਰ ਕਈ ਵਾਰੀ ਇੱਥੇ ਵੀ ਪੱਤਰਕਾਰ ਸਵਾਲ ਪੁੱਛ ਲੈਂਦੇ ਆ ਜੀ ਕਿੰਨੀ ਕੁ ਸਫਲਤਾ ਮੋਰਚੇ ਨੂੰ ਮਿਲੀ ਹੈ ਕੀ ਤੁਸੀਂ ਸਮਝਦੇ ਹੋ ਸੋ ਪ੍ਰਾਪਤੀਆਂ ਤਾਂ ਮੋਰਚੇ ਦੀਆਂ ਇੰਨੀਆਂ ਨੇ ਹਲੇ ਤੱਕ ਦੀਆਂ ਇਹ ਕਾਨੂੰਨ ਤਾਂ ਰੱਦ ਹੋ ਹੀ ਜਾਣੇ ਆ ਇਹਦੇ ਤੋਂ ਬਿਨਾਂ ਇਸ ਮੋਰਚੇ ਨੇ ਬੜਾ ਕੁਛ ਦੇਣਾ ਲੋਕਾਂ ਨੂੰ ਇਹ ਸਾਰੀ ਤਸਵੀਰ ਜਿਹੜੀ ਰਾਜਨੀਤੀ ਦੀ ਹੈ ਇਹ ਮੋਰਚੇ ਨੇ ਬਦਲ ਕੇ ਰੱਖ ਦੇਣੀ ਹੈ ਤੁਸੀਂ ਅੱਜ ਦੇਖੋ ਲੀਡਰ ਨਾ ਆਪਣਾ ਸ਼ੀਸ਼ਾ ਹਮੇਸ਼ਾ ਅਖਬਾਰਾਂ 'ਚ ਦੇਖਦੇ ਹੁੰਦੇ ਆ ਸਵੇਰੇ ਵੀ ਕਿੱਥੇ ਕਿੱਥੇ ਫੋਟੋਆਂ ਛਪੀਆਂ ਕਿੱਥੇ ਕਿੱਥੇ ਖਬਰਾਂ ਲੱਗੀਆਂ ਕਿਹੜੇ ਚੈਨਲ 'ਤੇ ਆਪਾਂ ਆ ਰਹੇ ਹਾਂ ਪਰ ਹੁਣ ਲੁਕ ਲੁਕ ਕੇ ਬਾਹਰ ਨਿਕਲਣਾ ਪੈ ਰਿਹਾ ਇਸ ਕਾਨੂੰਨ ਦੇ ਸਪੋਰਟਰਾਂ ਨੂੰ ਔਰ ਲੋਕ ਭਜਾਉਂਦੇ ਆ ਤੋ ਕਿੰਨਾ ਕੁ ਚਿਰ ਇਹ ਨਾਸੀ ਧੂੰਆਂ ਲਿਆਂਦਾ ਪਿਆ ਲੋਕਾਂ ਨੇ ਇਸ ਮੋਰਚੇ ਨੇ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਸੰਘਰਸ਼ ਬੜਾ ਸ਼ਾਂਤਮਈ ਚੱਲ ਰਿਹਾ ਸ਼ਾਇਦ ਸਰਕਾਰਾਂ 'ਤੇ ਇਸ ਗੱਲ ਦਾ ਕੋਈ ਅਸਰ ਨਹੀਂ ਪਰ ਅਸਰ ਬਹੁਤ ਜ਼ਿਆਦਾ ਹੈ ਜਿਹੜਾ ਸ਼ਾਂਤੀ ਦਾ ਔਰ ਜਿਹੜਾ ਸਬਰ ਦਾ ਅਸਰ ਹੁੰਦਾ ਨਾ ਉਹ ਲੜਾਈਆਂ ਨਾਲੋਂ ਉਹ ਬਲ ਨਾਲੋਂ ਕਿਤੇ ਜ਼ਿਆਦਾ ਹੁੰਦਾ ਔਰ ਉਸ ਮੋਰਚੇ ਨੂੰ ਕੋਈ ਹਰਾ ਨਹੀਂ ਸਕਦਾ ਔਰ ਮੈਂ ਪਹਿਲਾਂ ਕਈ ਵਾਰੀ ਇਹ ਗੱਲ ਕੀਤੀ ਹੈ ਇੱਥੇ ਇੰਟਰਵਿਊਆਂ ਦੇ ਵਿੱਚ ਕਿ ਜਿਹੜੇ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਸਾਡੇ ਲੋਕ ਬੈਠੇ ਆ ਕਿਸਾਨ ਬੈਠੇ ਆ ਇਹ ਸਰਕਾਰ ਉਹਨਾਂ ਨੂੰ ਵਿਰੋਧੀ ਪਾਰਟੀਆਂ ਸਮਝਦੀ ਹੈ ਜਿਵੇਂ ਉਹਨਾਂ ਦੀ ਕੋਈ ਅਪੋਜੀਸ਼ਨ ਆ ਗਈ ਸਾਹਮਣੇ ਸੋ ਇਹ ਨਹੀਂ ਸਮਝਣਾ ਚਾਹੀਦਾ ਪਰ ਅੱਜ ਮੈਂ ਇਹ ਕਹਿਣਾ ਚਾਹੁੰਦਾ ਇਹਨਾਂ ਨੇ ਆਪਣੀਆਂ ਅਪੋਜੀਸ਼ਨਾਂ ਤਾਂ ਖਤਮ ਕਰ ਲਈਆਂ ਹੈ ਨਾ ਅਪੋਜੀਸ਼ਨ ਪਾਰਟੀ ਇੰਨੀ ਕੋਈ ਪਾਵਰਫੁੱਲ ਨਹੀਂ ਇਸ ਸਰਕਾਰ ਦੇ ਸਾਹਮਣੇ ਪਰ ਕਿਸਾਨਾਂ ਦੇ ਰੂਪ 'ਚ ਇਸ ਮੋਰਚੇ ਦੇ ਰੂਪ 'ਚ ਐਡੀ ਵੱਡੀ ਅਪੋਜੀਸ਼ਨ ਇਹਨਾਂ ਨੇ ਸਾਹਮਣੇ ਕਰ ਲਈ ਖੜੀ ਕਰ ਲਈ ਜਿਹੜੀਆਂ ਇਹਨਾਂ ਦੀਆਂ ਪੁਸ਼ਤਾਂ ਤੋਂ ਖਤਮ ਨਹੀਂ ਹੋਣ ਸ੍ਰੀ ਅਕਾਲ ਸ੍ਰੀ ਅਕਾਲ ਸੋ ਕਈ ਵਾਰੀ ਅੰਡਰ ਐਸਟੀਮੇਟ ਕਰ ਲਿਆ ਜਾਂਦਾ ਲੋਕਾਂ ਨੂੰ ਜਿਵੇਂ ਪਹਿਲਾਂ ਇਹਨਾਂ ਦੇ ਜੋ
डिक्टेटर बन के जो जो हुक्म आउंदे रहे। सो पहली बारी मत्था अगे पंजाबियां नाल लग गया और नाल फिर साडे हरियाणे वाले भाई हुण तां सारियां स्टेटां ही जुड़ गईआं। तो वो गल एक बड़ी पिछे जे चली सी बई इन्होंने पढ़िया सी पेपरां च, कई बारी आपां पढ़ कुछ होर लैंदे आ, जदों सवाल कोई होर आ जाए फिर बंदा कदे तां नूं देखदा, कदे पेन जिहा जाके मूँह च चबण लग जांदा, आंसर आउंदा नहीं हुंदा ते उहदा हल नहीं लभदा हुंदा। सो इसे तरह इन्हां ने पढ़े सी हिंदू ते मुसलमान भी आपस च लड़ाई जाओ ते अपना राज चमकाई जाओ, है ना, पाड़ा पाई जाओ। तो वह पढ़िया उन्होंने बारे से हूँ पेपरों से सरदार आ गई। तो हूँ समझ नहीं लगती कि ये इन्हों हल किमें करना। सो हूँ भाईचारा यहोजा इकट्ठा हो गया, जिहड़ियां जफ्फियां इन्नी देर तो इन्हां सरकारां ने तड़ाइया सी वो जफ्फियां पै गईं साडे लोगों दीआं। सो मन बड़ा खुश आ और एडे एडे कद, क्योंकि लोगों के नाल ही लीडर होंदे आ, लीडर कोई उपरों रब तो बन के नहीं डिगदा। तुसीं इह देखो अज तुहाडे प्यार ने तुहाडी मुहब्बत ने साडे किसान जथेबंदियां दे लीडरां दे कद एडे एडे करते कि उहनां दे सामने ये जिहड़े पोलीटिकल लीडर ने ये बोने लगते आ, हुण वह छोटे लगन लग गए, क्योंकि इन्हां नूं वड्डे तुसीं कीता। हुण लोक जिहदे मगर हो गए, जिहदे नाल लोक लहर आ उही बंदा वड्डा। तो बड़ा कुछ इस मोर्चे ने बदलिया और आने वाले टाइम दे विच भी ये राजनीति इको जी नहीं रहनी, बड़ा कुछ इतों होर बदल के जाना। सो एक होर बड़ा चढ़दी कला वाला गाना मैं याद आ रहा, सो उहदियां भी मैं दो लाइनां तुहाडे लई जरूर के चेते आउंदा मालिक ओ जद नीले घोड़े दा ओ जोश गुरु दियां फौजां विच फिरिया जे लोड़े दा चेते आउंदा मालिक ओ जद नीले घोड़े दा जोश गुरु दियां फौजां विच फिर आउंदा लोड़े दा ओ बजदी आल लकारे बजदे आल लकारे ते फिर नारे लगदे आ। श्री अकाल। ओ कंबदियां ने सरकारां जदों जकारे गजदे आ कंबदियां ने सरकारां जदों जकारे गजदे आ ओ जित्तण लई जंग फेर सूरमे अगे वधदे आ कंबदियां ने सरकारां जदों जकारे गजदे आ। श्री अकाल। खाली हथी सिट लैंदे हथियारां वालियां नूं ओए मुकियां दे नाल कुट लैंदे तलवारां वालियां नूं खाली हथी सिट लैंदे हथियारां वालियां नूं मुकियां दे नाल कुट लैंदे तलवारां वालियां नूं ओ बिलासपुरी तूं देख अमनिया पासे खड़के ओए दुनिया सजदे करदी ऐ दस्तारां वालियां नूं ओए किथे दबदे हां किथे दबदे जावेरी दी हिक विच वजदे आ कंबदियां ने सरकारां जदों जकारे गजदे आ कंबदियां ने सरकारां जदों जकारे गजदे आ ओ जित्तण लई जंग फेर सूरमे अगे वधदे आ कंबदियां ने सरकारां जदों जकारे गजदे आ कंबदियां ने सरकारां जदों जकारे गजदे आ। सत श्री अकाल। तो बड़ा अज पंजाब भी खुश खुश लगता, जिवें मैं पहला लाइना बोलियां सी खिड़िया खिड़िया पंजाब आ, जिन्हां नूं कदे नशेड़ी कहा गया कदे तुहाडे ते अतवादी होण दा। सत श्री अकाल। सो उही गभरू अज तुहानूं इत्थे ट्रैफिक कंट्रोल करदे दिंदे आ, ਉਹ ਇੱਥੇ ਲੰਗਰ ਵਰਤਾ ਰਹੇ ਆ ਹਰ ਚੀਜ਼ ਦਾ, ਔਰ ਭੈਣ ਜੀ ਵੀਰ ਜੀ ਤੋਂ ਬਿਨਾਂ ਇਸ ਮੋਰਚੇ 'ਚ ਕੋਈ ਗੱਲ ਨਹੀਂ ਹੋ ਰਹੀ, ਇੰਨਾ ਨਿਮਾਣਾਪਨ ਇਸ ਮੋਰਚੇ ਨੇ ਲਿਆਂਦਾ। ਸੋ ਬੜੀ ਮਹਾਰਾਜ ਦੀ ਮਿਹਰ ਆ ਔਰ ਗੋਦੀ ਮੀਡੀਆ ਜਿਹੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇਸ ਮੋਰਚੇ ਦੇ ਬਾਰੇ ਕਰਦਾ, ਹੁਣ ਤਾਂ ਚਲੋ ਉਹ ਆਪ ਹੀ ਝੂਠੇ ਲੱਗਣ ਲੱਗ ਗਏ, ਲੋਕਾਂ ਨੂੰ ਪਤਾ ਲੱਗ ਗਿਆ। ਸੋ ਇੱਕ ਮੇਰੇ ਦਿਲ ਦੀ ਇੱਛਾ ਬਹੁਤ ਜ਼ਿਆਦਾ ਆ, ਉਹ ਕੋਈ ਨਹੀਂ ਆ, ਕਾਨੂੰਨ ਆਪਾਂ ਜਿੱਤ ਲਈਏ ਫਿਰ ਭਰਾਵਾਂ ਨੂੰ ਕਹਾਂਗੇ ਕਿ 5-7 ਗੋਹੇ ਦੀਆਂ ਟਰਾਲੀਆਂ ਇਹ ਨੋਇਡਾ ਵਾਲੀ ਦੂਰ ਨਹੀਂ, ਇਹਨਾਂ ਦੇ ਦਫ਼ਤਰ ਜੇ ਉੱਥੇ ਹੀ ਨੇ, ਇਹਨਾਂ ਦੇ ਦਰਾਂ 'ਚ ਜ਼ਰੂਰ ਲਾ ਕੇ ਆਉਣੀ ਹੈ। ਔਰ ਗੋਹਾ ਵੀ ਉਹ ਜਿਹੜਾ ਘੋਲ ਕੇ ਸਿੱਟਿਆ ਹੋਵੇ, ਫਿਰ ਇਕੱਠੇ ਕਰਦਿਆਂ ਨੂੰ ਵੀ ਪਤਾ ਲੱਗੇ, ਤਾਂ ਕਿ ਜਿਹੜੇ ਇੱਥੇ ਬੈਠ ਕੇ ਏ ਸੀ ਰੂਮਾਂ ਦੇ ਵਿੱਚ ਟੱਪੀ ਜਾਂਦੇ ਆ
है ना कुर्सियां दे उते ऐसे कर रहे हैं किसान ये कर रहे हैं फंडिंग कहां से आ रही है सो फिर पता लग जू कितों फंडिंग आउंदी है सो ये काम भी जरूर करांगे सो इन्हां नूं मैनूं लगदा सरकारां तों वध ये गोदी मीडिया नूं तकलीफ होई हुई है ये सरकारां दी बोली उन्हां नालों ज्यादा तिखे तरीके नाल ये बोल रहा सो महाराज मुर्दाबाद किसान मजदूर एकता हुण जिंदाबाद यही रहनी है बाकी सारा कुछ मुर्दाबाद ही है किसी होर का छेकिया होया तो बच जू किसान लंबी उम्र इन्हां बच्चों की करे सो तुहानू सारयां नू बहुत बहुत दुआवां इसे तरह चढ़दियां कला च रहो यही मैं अरदास करदा क्योंकि तुहाडे सबर बहुत आ एक गल याद रखियो सबर की लड़ाई लंबी जरूर हो सकती है सो आपां सारयां ने साडे लीडर बड़े सुहिरद ने और बड़ा वधिया वो अगे लई सोच के लंबी सोच सोच के तुहानू प्रोग्राम दसदे आ सो उहदे ते आपां फुल चढ़ाउणे आ गुस्सा सारयां नू आ क्योंकि साडे नौजवान शहीद हो रहे हैं इस मोर्चे दे विच साडे बुजुर्ग शहीद हो रहे हैं और इदां अणगौलिया सानू कीता जा रहा एक शब्द अज तक ना कि सरकार दे किसे मंत्री वालों ना किसे नुमाइंदे वालों एक शब्द नहीं उन्हां शहीदां दे लई और जिन्हां ने जाना इस मोर्चे लई गवाइयां उन्हां लई निकलिया कोई एक शब्द नहीं उन्हां वालों बोलिया गया सो महाराज इन्हां नूं समत देवे क्योंकि आम लोगों की जिहड़ी हा जदों दिलों निकलती है वह फिर पत्थरों को पाड़ दिंदी है कहिंदे हुंदे आ बड़ी दूर तक जाती है सो इन्हां नूं ये जिहड़े खून के दाग इन्हां ने अपने लवाले लीड़ियां दे उत्ते जां होर लवा रहे आ इह धोणे इन्हां नूं औखे हो जाणगे सो जिन्नी छेती इन्हां कानूनां नूं रद्द करन और साडे लोक जो साडियां मावां साडे बजुर्ग इत्थे ठंड दे विच इन्नी ठंड च ऐसे जे मौसम इहो जिहे दे विच बैठे आ असीं सुखी सुखी सांदी अपने घरां नूं जाइए तो आप लीडर की गल मन के जो भी अगे प्रोग्राम देंगे वो मुताबिक आप चलना और सबर रखना तुहाडे सबर नहीं दुनिया हिलाई पई आई मेरी गल याद रखियो और बड़ी दूर दूर तक थोड़ी आवाज़ याद रही जा रही है ये स्टेज आपां इत्थे लगती है कि आप इन्ने लोग बैठे हैं जां सामने जो इकट्ठा यही दिख रहा पर असली जो इत्थों मैसेज जा रहा जो दुनिया के विच जा रहा दुनिया थानू देख रही है और ये जो सांझी वालता का जो सरबत दे भले का जो हरेक नू जफियां पाउण वाला साडा जो धर्म सिखाउंदा वो तुसी अपना जिहड़ा चेहरा वो लोगों के सामने पेश कर रहे हो सो मारे तुहानू चढ़दियां कला रखे बोले सो निहाल।